ਇਹਨਾਂ ਤੱਕ ਪਹੁੰਚਾ ਦਿਓ ਜਿਹੜੇ ਭਾਰਤ ਦੇ ਵਿੱਚ ਸਾਰਿਆਂ ਨੂੰ ਇਹ ਚੈਲੰਜ ਆ ਵੀ ਸਾਡੇ ਨਾਲ ਟੇਬਲ ਟੋਕ 'ਤੇ ਬਹਿ ਕੇ ਗੱਲ ਕਰੋ। ਜੇ ਤਾਂ ਤੁਸੀਂ ਇਹ ਪਰਿਵਾਰ ਨੂੰ ਝੂਠਾ ਸਾਬਤ ਕਰ ਦਿਓਗੇ ਵੀ ਹੈ ਨਹੀਂ ਇਹ, ਤੁਸੀਂ ਝੂਠ ਬੋਲਦੇ ਹੋ, ਉਹ ਜਿਹੜਾ ਪਰਿਵਾਰ ਆ ਸੈਰ ਸਾਹਿਬ ਦਾ ਕੌੜਾ ਕੰਬੋਜੀਆ ਜਿਨ੍ਹਾਂ ਦੇ ਮੌਜੂਦਾ ਗੱਦੀ ਨਸੀ ਨੇ ਭਾਈ ਸਰਬਜੀਤ ਸਿੰਘ ਜਿਹੜੇ ਅਮਰੀਕਾ ਦੇ ਵਿੱਚ ਬੈਠੇ ਨੇ ਅਤੇ ਉਹਨਾਂ ਦਾ ਪਰਿਵਾਰ ਕੁਛ ਇੱਥੇ ਰਹਿੰਦਾ, ਸਾਡਾ ਉਹਨਾਂ ਨਾਲ ਪਿਆਰ ਬਣਾਇਆ ਹੋਇਆ, ਉਹਨਾਂ ਦੀਆਂ ਕਹਾਣੀਆਂ ਸੈਰਸ ਦੇ ਜਿਹੜਾ ਬਾਈਬਲ ਆ ਉਹਦੇ ਵਿੱਚ ਨੇ, ਤੁਸੀਂ ਚੈੱਕ ਕਰ ਸਕਦੇ ਹੋ। ਪਰ ਉਹ ਪਰਿਵਾਰ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦਾ, ਗੱਲ ਇਹ ਨੋਟ ਕਰਿਓ, ਉਹ ਪਰਿਵਾਰ ਜਿਨ੍ਹਾਂ ਦੀਆਂ ਕਹਾਣੀਆਂ ਬਾਈਬਲ ਦੇ ਵਿੱਚ ਮੌਜੂਦ ਆ, ਜਿਨ੍ਹਾਂ ਦੀਆਂ ਕਹਾਣੀਆਂ ਆਪਣੇ ਕੁਰਾਨ ਦੇ ਵਿੱਚ ਮੌਜੂਦ ਆ, ਉਹ ਪਰਿਵਾਰ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦਾ, ਉਹ ਸਾਰੇ ਅੰਮ੍ਰਿਤਧਾਰੀ ਸਿੰਘ ਨੇ, ਸਾਰੇ ਗੁਰੂ ਨੂੰ ਮੰਨਣ ਵਾਲੇ ਨੇ। ਅਤੇ ਮੈਂ ਪਾਸਟਰਾਂ ਨੂੰ ਚੈਲੰਜ ਕਰਦਾ, ਫਿਰ ਤੁਸੀਂ ਕਿਵੇਂ ਜਿਹੜਾ ਪਰਿਵਾਰ ਜਿਨ੍ਹਾਂ ਦੀਆਂ ਬਾਈਬਲ ਦੇ ਵਿੱਚ ਨਵਾਂ ਜਿਹੜਾ ਬਾਈਬਲ ਆ ਉਹਦੇ ਵਿੱਚ ਜਿਹੜਾ ਪੁਰਾਣਾ ਬਾਈਬਲ ਆ ਉਹਦੇ ਵਿੱਚ ਵੀ ਮੌਜੂਦ ਆ ਉਹਨਾਂ ਦੀਆਂ ਪਰਿਵਾਰ ਦੀਆਂ ਕਹਾਣੀਆਂ, ਉਹਨਾਂ ਦੇ ਫਿਰ ਵੱਡੇ ਵੱਡੇ ਰਹਿੰਦੇ, ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਵਾਲਾ ਸਿੱਖ ਨੇ ਸਾਰੇ, ਤੁਸੀਂ ਕਿਹੜੇ ਹਿਸਾਬ ਨਾਲ ਜਿਹੜੇ ਪੰਜਾਬ ਦੇ ਗਰੀਬ ਸਿੱਖ ਨੇ ਉਹਨਾਂ ਨੂੰ ਕਿਵੇਂ ਤਬਦੀਲ ਕਰਦੇ ਹੋ ਧਰਮ? ਜੇ ਸਾਡੀ ਗੱਲ ਦੇ ਵਿੱਚ ਕੋਈ ਕਮੀ ਆ, ਝੂਠ ਹੈ, ਮੈਂ ਸਾਰੇ ਪਾਸਟਰਾਂ ਨੂੰ ਕਹਿਣਾ, ਸਣੇ ਨਰੂਲਾ ਨੂੰ, ਅਸੀਂ ਲੜਾਈ ਨਹੀਂ ਕਰਦੇ, ਅਸੀਂ ਤੁਹਾਡੇ ਨਾਲ ਲੜਨਾ ਨਹੀਂ, ਟੇਬਲ ਟੋਕ 'ਤੇ ਬੈਠੋ ਸਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਦਾ ਵਿਸ਼ਾ ਵੀਡੀਓ ਬਣਾਉਣ ਦਾ, ਜੋ ਪੰਜਾਬ ਦੇ ਵਿੱਚ ਪਖੰਡੀ ਈਸਾਈਆਂ ਵੱਲੋਂ ਜਿਹੜੇ ਪਾਸਟਰ ਨੇ ਉਹ ਸਿੱਖ ਪਰਿਵਾਰਾਂ ਨੂੰ, ਗਰੀਬ ਸਿੱਖ ਪਰਿਵਾਰਾਂ ਨੂੰ ਲਾਲਚ ਦੇ ਕੇ ਧਰਮ ਤਬਦੀਲ ਕਰਾ ਰਹੇ ਨੇ, ਅਤੇ ਉਹਨਾਂ ਬਾਰੇ ਆ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ, ਆਪ ਸਾਰਿਆਂ ਨੂੰ ਪਤਾ ਵੀ ਲਗਾਤਾਰ 7 ਜਨਵਰੀ 2023 ਤੋਂ ਚੜ੍ਹਦੀ ਕਲਾ ਦੇ ਨਾਲ ਚੱਲ ਰਿਹਾ, ਅਤੇ ਨਿਹੰਗ ਸਿੰਘ ਫੌਜਾਂ ਡਟੀਆਂ ਬੈਠੀਆਂ ਨੇ, ਸਿੰਘ ਸਾਹਿਬ ਬਾਬਾ ਚੜ੍ਹਤ ਸਿੰਘ ਜੀ ਅਰਬਾਂ ਖਰਬਾਂ ਦਲ ਦੇ ਮੌਜੂਦਾ ਮੁਖੀ ਨੇ ਜਿਹੜੇ, ਉਹ ਅੱਜ ਪਹੁੰਚੇ ਹੋਏ ਨੇ, ਅਤੇ ਅੱਜ ਉਹਨਾਂ ਦੇ ਆਉਣ 'ਤੇ ਸਿੱਖ ਸੰਗਤਾਂ ਨਾਲ ਜਿਹੜੀ ਇਹ ਵੀਡੀਓ ਆ ਇਹ ਸਾਂਝੀ ਕਰਨ ਜਾ ਰਹੇ ਹਾਂ। ਮੈਂ ਸਾਰੀ ਸਿੱਖ ਕੌਮ ਨੂੰ ਬੇਨਤੀ ਕਰੂੰਗਾ ਵੀ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨੀ, ਵੱਧ ਤੋਂ ਵੱਧ ਹਰੇਕ ਸਿੱਖ ਦੇ ਮੋਬਾਈਲ ਦੇ ਵਿੱਚ ਪਹੁੰਚੇ, ਹਰੇਕ ਸੂਬੇ ਦੇ ਵਿੱਚ ਜਾਵੇ, ਹਰੇਕ ਦੇਸ਼ ਦੇ ਵਿੱਚ ਇਹ ਵੀਡੀਓ ਜਾਵੇ, ਕਿਉਂਕਿ ਜੋ ਵੀ ਪੰਜਾਬ ਦੇ ਅੱਜ ਹਾਲਾਤ ਨੇ ਉਹਨਾਂ ਮੁਤਾਬਕ ਜਿਹੜੇ ਪਾਸਟਰ ਨੇ ਈਸਾਈ ਧਰਮ ਦੇ ਪਖੰਡੀ, ਉਹਨਾਂ ਨੂੰ ਚੈਲੰਜ ਆ ਕਿ ਆਪ ਵੀ ਦੱਸਣਾ ਚਾਹੁੰਦਾ ਵੀ ਜੋ ਅੱਜ ਤੋਂ 2600 ਸਾਲ ਪਹਿਲਾਂ ਦੁਨੀਆ 'ਤੇ ਰਾਜ ਕਰਨ ਵਾਲੇ ਜਿਹੜੇ ਰਾਜਾ ਸੀਗਾ, ਜਿਨ੍ਹਾਂ ਦਾ ਬਾਦਸ਼ਾਹ ਸੈਰਸ ਆਫ ਦਾ ਕਿੰਗ ਵਰਲਡ ਦਾ ਰਾਜਾ ਹੋਇਆ, ਜਿਹਨੂੰ ਕੁਰਸ ਕੁਰੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਮੇਲ ਕੀਤਾ, ਕਾਫੀ ਸਾਡਾ ਪਰਿਵਾਰ ਆ, ਉਹਨਾਂ ਨਾਲ ਪਿਆਰ ਆ। ਜਿਹੜੇ ਉਸ ਟਾਈਮ ਇਹ ਰਾਜੇ ਸੀਗੇ ਸੈਰਸ, ਜਿਹਦਾ ਨਾਂ ਕੁਰਸ ਵੀ ਆ ਕੁਰੂ ਵੀ ਆ, ਇਹਨਾਂ ਨੇ 2600 ਸਾਲ ਪਹਿਲਾਂ ਰਾਜ ਕੀਤਾ ਦੁਨੀਆ ਦੇ ਉੱਤੇ, ਅਤੇ ਇਹਨਾਂ ਦੇ ਪਰਿਵਾਰ ਅੱਜ ਵੀ ਜਿਹੜੇ ਹੈਗੇ ਨੇ
ਕੁਛ ਅੰਮ੍ਰਿਤਸਰ ਦੇ ਵਿੱਚ ਜਿਹੜਾ ਲਾਹੌਰੀ ਗੇਟ ਆ ਉੱਥੇ ਕੌੜਾ ਕੰਬੋਜੀਆ ਗਲੀ ਬਣੀ ਹੋਈ ਆ ਜਿਹੜੀ 400 ਸਾਲ ਪਹਿਲਾਂ ਦੀ ਆ। ਕਈ ਵਾਰੀ ਪਹਿਲਾਂ ਵੀ ਵੀਡੀਓ ਪਾਈਆਂ ਨੇ। ਅਤੇ ਅੱਜ ਦਾ ਵਿਸ਼ਾ ਇਹ ਆ ਵੀ ਜਿਹੜੇ ਪਾਸਟਰ ਨਕਲੀ ਜਿਸ ਤਰ੍ਹਾਂ ਨਰੂਲਾ ਹੋ ਗਿਆ, ਹੋਰ ਨੇ ਜਿਹੜੇ ਉਹ ਜਿਹੜੇ ਗਰੀਬ ਸਿੱਖ ਇਹਨਾਂ ਨੂੰ ਲਾਲਚ ਦੇ ਕੇ ਧਰਮ ਤਬਦੀਲ ਕਰਾ ਰਹੇ ਨੇ, ਜਿਹੜੇ ਗੈਰ ਕਾਨੂੰਨੀ ਆ। ਅਤੇ ਮੈਂ ਬੇਨਤੀ ਇਹੀ ਕਰਨਾ ਚਾਹੁੰਦਾ ਕਿ ਜਿਹੜਾ ਉਹ ਰਾਜਾ ਸੀ ਸੈਰਸ, ਉਹ ਇੱਕ ਪਰਮਾਤਮਾ ਨੂੰ ਮੰਨਣ ਵਾਲਾ ਸੀ। ਉਹਦੇ ਰਾਜ ਦੇ ਵਿੱਚ ਸਾਰੇ ਧਰਮਾਂ ਨੂੰ ਆਜ਼ਾਦੀ ਸੀਗੀ, ਅਤੇ ਪਰ ਉਹ ਇੱਕ ਧਰਮ ਸੀ। ਜਿਹੜੇ ਸੈਰਸ ਦੀਆਂ ਕਹਾਣੀਆਂ ਨੇ, ਜਿਹੜੀ ਬਾਈਬਲ ਆ ਉਹਦੇ ਵਿੱਚ ਵੀ ਉਹ ਰਾਜੇ ਦੀ ਕਹਾਣੀ ਆ ਉਹਨਾਂ ਦੀ ਵਿੱਚ ਮੌਜੂਦ ਨੇ, ਉਹਨਾਂ ਦੀਆਂ ਸਾਖੀਆਂ ਉਹ ਬਾਈਬਲ ਦੇ ਵਿੱਚ ਕੁਰਾਨ ਦੇ ਵਿੱਚ ਵੀ ਮੌਜੂਦ ਨੇ। ਜਿਹੜੇ ਸਾਰੇ ਪੁਰਾਣੇ ਗ੍ਰੰਥ ਨੇ ਉਹਨਾਂ ਦੇ ਵਿੱਚ ਉਹਨਾਂ ਸੈਰਸ ਰਾਜੇ ਦੀਆਂ ਕੌੜਾ ਕੰਬੋਜੇ ਦੀਆਂ ਕਹਾਣੀਆਂ ਮੌਜੂਦ ਨੇ। ਜਦੋਂ ਕਿ ਜਿਹੜਾ ਉਹਨਾਂ ਦਾ ਪਰਿਵਾਰ ਆ ਜਿਹੜੇ ਈਸਾਈ ਨੇ, ਮੈਂ ਇਹਨਾਂ ਨੂੰ ਚੈਲੰਜ ਕਰਨਾ ਚਾਹੁੰਦਾ, ਇਹਨਾਂ ਤੱਕ ਪਹੁੰਚਾ ਦਿਓ ਜਿਹੜੇ ਭਾਰਤ ਦੇ ਵਿੱਚ ਸਾਰਿਆਂ ਨੂੰ ਇਹ ਚੈਲੰਜ ਆ ਵੀ ਸਾਡੇ ਨਾਲ ਟੇਬਲ ਟੋਕ 'ਤੇ ਬਹਿ ਕੇ ਗੱਲ ਕਰੋ। ਜੇ ਤਾਂ ਤੁਸੀਂ ਇਹ ਪਰਿਵਾਰ ਨੂੰ ਝੂਠਾ ਸਾਬਤ ਕਰ ਦਿਓਗੇ ਵੀ ਹੈ ਨਹੀਂ ਇਹ, ਤੁਸੀਂ ਝੂਠ ਬੋਲਦੇ ਹੋ। ਉਹ ਜਿਹੜਾ ਪਰਿਵਾਰ ਆ ਸੈਰਸ ਉਹਦਾ ਕੌੜਾ ਕੰਬੋਜੀਆ, ਜਿਨ੍ਹਾਂ ਦੇ ਮੌਜੂਦਾ ਗੱਦੀ ਨਸੀਨ ਨੇ ਭਾਈ ਸਰਬਜੀਤ ਸਿੰਘ ਜਿਹੜੇ ਅਮਰੀਕਾ ਦੇ ਵਿੱਚ ਬੈਠੇ ਨੇ, ਅਤੇ ਉਹਨਾਂ ਦਾ ਪਰਿਵਾਰ ਕੁਛ ਇੱਥੇ ਰਹਿੰਦਾ, ਸਾਡਾ ਉਹਨਾਂ ਨਾਲ ਪਿਆਰ ਬਣਾਇਆ ਹੋਇਆ। ਉਹਨਾਂ ਦੀਆਂ ਕਹਾਣੀਆਂ ਸੈਰਸ ਦੇ ਜਿਹੜਾ ਬਾਈਬਲ ਆ ਉਹਦੇ ਵਿੱਚ ਨੇ, ਤੁਸੀਂ ਚੈੱਕ ਕਰ ਸਕਦੇ ਹੋ। ਪਰ ਉਹ ਪਰਿਵਾਰ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦਾ, ਗੱਲ ਇਹ ਨੋਟ ਕਰਿਓ, ਉਹ ਪਰਿਵਾਰ ਜਿਨ੍ਹਾਂ ਦੀਆਂ ਕਹਾਣੀਆਂ ਬਾਈਬਲ ਦੇ ਵਿੱਚ ਮੌਜੂਦ ਆ, ਜਿਨ੍ਹਾਂ ਦੀਆਂ ਕਹਾਣੀਆਂ ਆਪਣੇ ਕੁਰਾਨ ਦੇ ਵਿੱਚ ਮੌਜੂਦ ਆ, ਉਹ ਪਰਿਵਾਰ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦਾ। ਉਹ ਸਾਰੇ ਅੰਮ੍ਰਿਤਧਾਰੀ ਸਿੰਘ ਨੇ, ਸਾਰੇ ਗੁਰੂ ਨੂੰ ਮੰਨਣ ਵਾਲੇ ਨੇ। ਅਤੇ ਮੈਂ ਪਾਸਟਰਾਂ ਨੂੰ ਚੈਲੰਜ ਕਰਦਾ, ਫਿਰ ਤੁਸੀਂ ਕਿਵੇਂ ਜਿਹੜਾ ਪਰਿਵਾਰ ਜਿਨ੍ਹਾਂ ਦੀਆਂ ਬਾਈਬਲ ਦੇ ਵਿੱਚ ਨਵਾਂ ਜਿਹੜਾ ਬਾਈਬਲ ਆ ਉਹਦੇ ਵਿੱਚ ਜਿਹੜਾ ਪੁਰਾਣਾ ਬਾਈਬਲ ਆ ਉਹਦੇ ਵਿੱਚ ਵੀ ਮੌਜੂਦ ਆ ਉਹਨਾਂ ਦੀਆਂ ਪਰਿਵਾਰ ਦੀਆਂ ਕਹਾਣੀਆਂ, ਉਹਨਾਂ ਦੇ ਫਿਰ ਵੱਡੇ ਵੱਡੇ ਰਹਿੰਦੇ, ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਉਹ ਮੰਨਣ ਵਾਲਾ ਸਿੱਖ ਨੇ ਸਾਰੇ, ਤੁਸੀਂ ਕਿਹੜੇ ਹਿਸਾਬ ਨਾਲ ਜਿਹੜੇ ਪੰਜਾਬ ਦੇ ਗਰੀਬ ਸਿੱਖ ਨੇ ਉਹਨਾਂ ਨੂੰ ਕਿਵੇਂ ਤਬਦੀਲ ਕਰਦੇ ਹੋ ਧਰਮ? ਜੇ ਸਾਡੀ ਗੱਲ ਦੇ ਵਿੱਚ ਕੋਈ ਕਮੀ ਆ, ਝੂਠ ਹੈ, ਮੈਂ ਸਾਰੇ ਪਾਸਟਰਾਂ ਨੂੰ ਕਹਿਣਾ, ਸਣੇ ਨਰੂਲਾ ਨੂੰ ਅਸੀਂ ਲੜਾਈ ਨਹੀਂ ਕਰਦੇ, ਅਸੀਂ ਤੁਹਾਡੇ ਨਾਲ ਲੜਨਾ ਨਹੀਂ, ਟੇਬਲ ਟੋਕ 'ਤੇ ਬੈਠੋ ਸਾਡੇ ਨਾਲ। ਜੇ ਤੁਸੀਂ ਇਹ ਗੱਲ ਝੂਠ ਕਰਦੇ ਹੋ ਵੀ ਬਾਬਾ ਜੀ ਝੂਠ ਬੋਲਦੇ ਨੇ, ਅਸੀਂ 11,000 ਅਮਰੀਕੀ ਡਾਲਰ ਇਨਾਮ ਦੇਵਾਂਗੇ। ਦੁਬਾਰਾ ਫੇਰ ਸੁਣ ਲਓ, ਜੇ ਤੁਸੀਂ ਇਹ ਸਾਬਤ ਕਰਦੇ ਹੋ ਵੀ ਬਾਬਾ ਜੀ ਝੂਠ ਬੋਲ ਰਹੇ ਨੇ, ਜਿਹੜਾ ਪਰਿਵਾਰ ਸੈਰਸ ਆਫ ਦਾ ਕੌੜਾ ਕੰਬੋਜੀਆ ਉਹਨਾਂ ਦੇ ਗੱਦੀ ਨਸੀਨ ਸਾਰਾ ਪਰਿਵਾਰ ਜਿਨ੍ਹਾਂ ਦੀਆਂ ਕਹਾਣੀਆਂ ਬਾਈਬਲ ਦੇ ਵਿੱਚ ਨੇ, ਉਹ ਤਾਂ ਈਸਾਈ ਬਣੇ ਨਹੀਂ, ਉਹ ਸਾਰੇ ਗੁਰਸਿੱਖ ਨੇ, ਉਹ ਸਾਰੇ ਅੰਮ੍ਰਿਤਧਾਰੀ ਨੇ, ਅਤੇ ਫਿਰ ਤੁਸੀਂ ਦੂਜਿਆਂ ਨੂੰ ਕਿਵੇਂ ਈਸਾਈ ਬਣਨ 'ਤੇ ਜ਼ੋਰ ਪਾ ਰਹੇ ਹੋ? ਕਿਉਂ ਤੁਸੀਂ ਈਸਾਈ ਬਣ ਰਹੇ ਹੋ? ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਉਹ ਪਰਿਵਾਰ ਅੰਮ੍ਰਿਤਧਾਰੀ ਨੇ, ਉਹ ਗੁਰਸਿੱਖ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਵਾਲੇ ਨੇ, ਉਹ ਤਾਂ ਈਸਾਈ ਨਹੀਂ ਬਣੇ। ਤੁਸੀਂ ਲੋਕੋ ਕਿਉਂ ਉਹਨਾਂ ਨਕਲੀ ਪਾਸਟਰਾਂ ਦੇ ਚੁੰਗਲ ਦੇ ਵਿੱਚ ਫਸ ਕੇ, ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਕਿਉਂ ਪੈਸਿਆਂ ਪਿੱਛੇ ਜਾਂ ਘਰ ਬਣਾਉਣ ਪਿੱਛੇ ਇੱਕ ਧਰਮ ਤਬਦੀਲ ਕਰ ਰਹੇ ਹੋ? ਅਤੇ ਮੈਂ ਉਹਨਾਂ ਪਾਸਟਰਾਂ ਨੂੰ ਵੀ ਚੈਲੰਜ ਕਰਦਾ, ਜਿੱਥੇ ਮਰਜ਼ੀ ਟੇਬਲ ਟੋਕ ਕਰ ਲਓ, ਅਸੀਂ ਤਿਆਰ ਪਰ ਤਿਆਰ ਹਾਂ। ਉੱਥੇ ਹੀ ਸਾਰੇ ਭਾਰਤ ਦੇ ਸਾਰੇ ਪੰਜਾਬ ਦੇ ਜਿਹੜੇ ਈਸਾਈ ਨੇ ਉਹਨਾਂ ਨੂੰ ਵੀ, ਜੇ ਤੁਸੀਂ ਇਹ ਪਰਿਵਾਰ ਨੂੰ ਝੂਠਾ ਸਾਬਤ ਕਰ ਦਿਓ ਵੀ ਇਹ ਗਲਤ ਆ, ਇਹ ਨਹੀਂ ਹੈ, ਅਸੀਂ ਤੁਹਾਨੂੰ 11,000 ਅਮਰੀਕੀ ਡਾਲਰ ਇਨਾਮ ਦੇਵਾਂਗੇ।
ਜੇ ਸੱਚ ਆ, ਉਹਨਾਂ ਦੀਆਂ ਕਹਾਣੀਆਂ ਬਾਈਬਲ ਦੇ ਵਿੱਚ ਨੇ, ਉਹਨਾਂ ਦੀਆਂ ਕਹਾਣੀਆਂ ਕੁਰਾਨ ਦੇ ਵਿੱਚ ਨੇ, ਫਿਰ ਤੁਸੀਂ ਆਪਦਾ ਪਖੰਡ ਬਾਜ਼ ਜਿਹੜਾ ਬੰਦ ਕਰਕੇ ਉਹ ਦੁਕਾਨਾਂ ਘਰੇ ਬਹਿ ਜਾਓ, ਨਾ ਤੁਸੀਂ ਧਰਮ ਤਬਦੀਲ ਕਰੋ। ਇਹ ਸਾਡਾ ਚੈਲੇਂਜ ਆ ਨਰੂਲੇ ਤੱਕ ਵੀ, ਇਹ ਜਿਹੜੀ ਵੀਡੀਓ ਪਹੁੰਚਣੀ ਜਿੰਨੇ ਵੀ ਨੇ, ਪਰ ਜਿਹੜੇ ਅਸਲ ਈਸਾਈ ਨੇ ਉਹ ਅਕਾਲ ਤਖ਼ਤ ਸਾਹਿਬ 'ਤੇ ਆ ਗਏ। ਉਹਨਾਂ ਨੇ ਅਕਾਲ ਤਖ਼ਤ ਸਾਹਿਬ 'ਤੇ ਆ ਕੇ ਜਥੇਦਾਰ ਸਾਹਿਬ ਨਾਲ ਵੀ ਮੀਟਿੰਗਾਂ ਕੀਤੀਆਂ ਨੇ, ਜਿਹੜੇ ਹੋਰ ਪੰਥਕ ਜਥੇਬੰਦੀਆਂ ਨੇ ਉਹਨਾਂ ਨੇ ਵਿੱਚ ਬਹਿ ਕੇ ਕਹਿ ਦਿੱਤਾ ਵੀ ਸਾਡਾ ਧਰਮ ਇਹ ਨਹੀਂ ਕਹਿੰਦਾ ਪਖੰਡਬਾਜ ਦਾ, ਬਿਲਕੁਲ ਉਲਟਾ। ਜਿਹੜੇ ਹੱਥਾਂ ਆਏ ਆਏ ਕਰਕੇ ਉਹ ਕੰਮਦੇ ਨੇ, ਜਿਹੜੇ ਕਹਿੰਦੇ ਵੀਲ ਚੇਅਰ ਤੋਂ ਠਾਲ ਦਿੰਦੇ ਨੇ ਵੀ ਸਾਡੇ ਵਿੱਚ ਕਰਾਮਾਤ ਆ, ਉਹਨਾਂ ਨੂੰ ਵੀ ਚੈਲੇਂਜ ਆ, ਤੁਹਾਨੂੰ $11,000 ਅਮਰੀਕੀ ਡਾਲਰ ਦੇਵਾਂਗੇ। ਜਿਹੜਾ ਇਸਾਈਆਂ ਦਾ ਵੱਡਾ ਪੌਪ ਆ ਉਹ ਅੱਜ ਵੀਲ ਚੇਅਰ 'ਤੇ ਚੱਲਦਾ, ਅਤੇ ਤੁਸੀਂ ਉਹਨੂੰ ਖੜ੍ਹਾ ਕਰ ਦਿਓ, ਲਓ ਇਨਾਮ। ਜਿਹੜਾ ਉਹ ਪਰਿਵਾਰ ਆ ਉਹਨਾਂ ਦੀਆਂ ਕਹਾਣੀਆਂ ਬਾਈਬਲ ਦੇ ਵਿੱਚ ਨੇ, ਲਓ ਇਨਾਮ। ਜੇ ਤੁਸੀਂ ਇਹ ਸੱਚ ਸਾਬਤ ਝੂਠ ਕਹਿੰਦੇ ਹੋ ਵੀ ਇਹ ਬਿਲਕੁਲ ਝੂਠ ਆ, ਜਿਹਨਾਂ ਦੀਆਂ ਕਹਾਣੀਆਂ, ਜਿਹੜੇ ਰਾਜਿਆਂ ਦੀਆਂ, ਜਿਹੜੇ ਪਰਿਵਾਰ ਦੀਆਂ ਕਹਾਣੀਆਂ ਬਾਈਬਲ ਦੇ ਵਿੱਚ ਮੌਜੂਦ ਨੇ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨ ਰਹੇ ਨੇ, ਉਹ ਪਰਿਵਾਰ ਅੰਮ੍ਰਿਤਧਾਰੀ ਨੇ, ਗੁਰਸਿੱਖ ਨੇ, ਫਿਰ ਤੁਸੀਂ ਨਕਲੀ ਈਸਾਈ ਬਣ ਕੇ, ਪਾਸਟਰ ਬਣ ਕੇ ਦੁਨੀਆਂ ਨੂੰ ਕਿਉਂ ਗੁੰਮਰਾਹ ਕਰ ਰਹੇ ਹੋ, ਕਿਉਂ ਤੁਸੀਂ ਧਰਮ ਤਬਦੀਲ ਕਰ ਰਹੇ ਹੋ? ਮੇਰੀ ਇਹ ਬੇਨਤੀ ਆ ਸਾਰਿਆਂ ਨੂੰ ਵੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ। ਮੈਂ ਅੱਜ ਤੱਕ ਜਿੰਨੀਆਂ ਵੀ ਵੀਡੀਓ ਪਾਈਆਂ ਨੇ, ਮੈਂ ਕਦੇ ਇਹ ਨਹੀਂ ਕਿਹਾ ਵੀ ਤੁਸੀਂ ਸ਼ੇਅਰ ਕਰੋ, ਇਹ ਪਹਿਲੀ ਵੀਡੀਓ ਆ, ਕਿਉਂਕਿ ਸਿੱਖ ਧਰਮ ਆ ਜਿਹੜਾ ਇਹ ਇੱਕ ਬਹੁਤ ਵੱਡਾ ਸਾਰਿਆਂ ਦਾ ਸਤਿਕਾਰ ਕਰਦਾ। ਪਹਿਲਾਂ ਵੀ ਉਹ ਧਰਮ ਜਿਹੜਾ ਸੈਰਸ ਆਫ ਦਾ ਕਿੰਗ, ਕੌੜਾ ਕੰਬੋਜੀਆ ਹੋਇਆ, ਇਹ ਕੋਈ ਜਾਤ ਨਹੀਂ ਹੈਗੀ, ਕੌੜਾ ਕੰਬੋਜੀਆ ਜਿਹੜਾ ਸੀ, ਇਹ ਇੱਕ ਪਿਓ ਪੁੱਤ ਸੀਗਾ, ਕੌੜਾ ਉਹਨਾਂ ਦਾ ਵੱਡਾ ਪਿਓ ਸੀ, ਕੰਬੋਜੀਆ ਉਹਦਾ ਮੁੰਡਾ ਸੀ, ਤਾਂ ਹੁਣ ਕੌੜਾ ਕੰਬੋਜੀਆ ਉਹ ਪਰਿਵਾਰ ਜਿਹੜਾ ਇਹਨਾਂ ਦਾ ਲਾਸਟ ਵਾਲਾ ਸੀਗਾ ਰਾਜਾ, ਉਹਦਾ ਨਾਮ ਸੀ ਜੈਪਾਲਾ। ਜਦੋਂ ਮਹਿਮੂਦ ਗਜ਼ਮਨੀ ਆਇਆ ਭਾਰਤ ਦੇ ਵਿੱਚ 1200 ਵਰਸ ਪਹਿਲਾਂ, 1000 ਵਰਸ ਪਹਿਲਾਂ, ਉਸ ਟਾਈਮ ਉਸ ਰਾਜੇ ਨੂੰ ਲਾਹੌਰ ਦੇ ਵਿੱਚ ਮੋਰੀ ਗੇਟ ਦੇ ਵਿੱਚ ਸ਼ਹੀਦ ਕਰ ਦਿੱਤਾ। ਲਾਸਟ ਰਾਜਾ ਸੀ ਜੈਪਾਲ ਸਿੰਘ, ਉਹ ਰਾਜਾ ਸੀ ਇਸ ਪਰਿਵਾਰ ਦਾ, ਸੈਰਸ ਆਫ ਦਾ ਕਿੰਗ, ਕੌੜਾ ਕੰਬੋਜੀਆ, ਜਿਨ੍ਹਾਂ ਦੀਆਂ ਕਹਾਣੀਆਂ ਬਾਈਬਲ ਦੇ ਵਿੱਚ ਨੇ, ਉਹ ਲਾਸਟ ਰਾਜਾ ਹੋਇਆ। ਅਤੇ ਉਹਨਾਂ ਦੀ ਜਿਹੜੀ ਹੈਗੀ, ਉਸ ਤੋਂ ਬਾਅਦ ਰਾਜ ਭਾ ਖਤਮ ਹੋਇਆ, ਫਿਰ ਮੁਗਲਾਂ ਦਾ ਫਿਰ ਰਾਜ ਆਇਆ। ਉਹਨਾਂ ਨੇ 1600 ਵਰਸ ਪੂਰੇ ਪੰਜਾਬ, ਭਾਰਤ ਦੇ ਵਿੱਚ ਕੀ ਬਾਹਰਲੇ ਅਫਗਾਨਿਸਤਾਨ ਦੇ ਵਿੱਚ ਵੀ, ਹੋਰ ਦੇਸ਼ਾਂ ਪੂਰੇ ਵਰਲਡ ਦੇ ਵਿੱਚ ਉਹਨਾਂ ਰਾਜ ਰਿਹਾ 1600 ਵਰਸ। ਅਤੇ ਫਿਰ ਤੁਸੀਂ ਕਿਵੇਂ ਤਬਦੀਲ ਕਰਾ ਰਹੇ ਹੋ? ਅਤੇ ਜਿਹੜਾ ਇਹ ਪੰਜਾਬ ਆ, ਇਹਦਾ ਨਾਮ ਪਹਿਲਾਂ ਸੀਗਾ ਕੰਬੋਜ ਦੇਸ਼, ਕੰਬੋਜਾ ਦੇਸ਼, ਪੰਜਾਬ ਦਾ ਇਹ ਕੰਬੋਜਾ ਦੇਸ਼। ਇਹ ਜਿਹੜਾ ਆਪਣੇ ਸ਼ੇਰ ਸ਼ਾਹ ਸੂਰੀ ਹੋਈ ਆ, ਉਹਦਾ ਇੱਕ ਕਿਤਾਬ ਲਿਖੀ ਗਈ ਆ, ਉਹਨੇ ਪਹਿਲੀ ਵਾਰੀ ਉਹਦੇ ਵਿੱਚ ਪੰਜਾਬ ਨਾਂ ਵਰਲਡ ਯੂਜ ਕੀਤਾ, ਤੁਸੀਂ ਪੜ੍ਹ ਸਕਦੇ ਹੋ। ਤਾਬਰੀਖੇ ਜਿਹੜਾ ਸ਼ੇਰ ਸ਼ਾਹ ਸੂਰੀ ਦੀ ਕਿਤਾਬ ਆ, ਉਹਦੇ ਵਿੱਚ ਆਇਆ ਪਹਿਲੀ ਵਾਰੀ ਉਹਦੇ ਵਿੱਚ ਪੰਜਾਬ ਦਾ ਨਾਂ ਵਰਲਡ ਯੂਜ ਹੋਇਆ, ਉਸ ਤੋਂ ਬਾਅਦ ਪੰਜਾਬ ਕਹਿਣ ਲੱਗ ਪਏ ਪਹਿਲਾਂ ਤਾਂ ਨਾ। ਇਸ ਕਰਕੇ ਮੇਰਾ ਜਿਹੜਾ ਚੈਲੇਂਜ ਆ ਉਹਨਾਂ ਨੂੰ ਆ, ਅਤੇ ਉਹ ਪਰਿਵਾਰ ਸਾਡੇ ਨਾਲ ਅਟੈਚ ਆ, ਸੈਰ ਸਾਹਿਬ ਦਾ ਕੌੜਾ ਕੰਬੋਜੀ ਆ, ਜਿਹਦੇ ਗੱਦੀ ਨਸੀਨੇ ਦੁਬਾਰਾ ਫਿਰ ਸੁਣ ਲਓ, ਭਾਈ ਸਰਬਜੀਤ ਸਿੰਘ ਅਮਰੀਕਾ ਦੇ ਵਿੱਚ ਬੈਠੇ ਨੇ, ਅਤੇ ਉਹਨਾਂ ਨੇ ਸਾਰੇ ਡਾਕੂਮੈਂਟ ਤਿਆਰ ਕਰੇ ਨੇ, ਅਸੀਂ ਟੇਬਲ ਟੋਲ 'ਤੇ ਬੈਠਣ ਨੂੰ ਤਿਆਰ ਹਾਂ। ਸਾਰੇ ਪਾਸਟਰ ਜਿਹੜੇ ਬਣੇ ਫਿਰਦੇ ਆਪ ਨੂੰ ਈਸਾਈ ਧਰਮ ਦੇ ਠੇਕੇਦਾਰ ਕਹਾਉਂਦੇ ਨੇ, ਪਰ ਜਿਹੜੇ ਅਸਲੀ ਪਾਸਟ, ਜਿਹੜੇ ਅਸਲੀ ਈਸਾਈ ਨੇ, ਉਹ ਸਾਡੇ ਭਰਾ ਨੇ, ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ, ਵਿਰੋਧ ਨਹੀਂ ਕਰਦੇ। ਇਸ ਕਰਕੇ ਉਹਨਾਂ ਨੂੰ ਚੈਲੇਂਜ ਆ, ਤੁਸੀਂ ਇਹ ਸਾਬਤ ਕਰ ਦਿਓ
ਵੀ ਉਹ ਪਰਿਵਾਰ ਨਹੀਂ, ਉਹਦੀਆਂ ਕਹਾਣੀਆਂ ਬਾਈਬਲ ਦੇ ਵਿੱਚ ਨਹੀਂ, ਉਹਦੀਆਂ ਕਹਾਣੀਆਂ ਕੁਰਾਨ ਦੇ ਵਿੱਚ ਨਹੀਂ, ਫਿਰ ਉਹ ਪਰਿਵਾਰ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨ ਰਿਹਾ, ਉਹ ਪਰਿਵਾਰ ਬਾਈਬਲ ਵਾਲਾ ਤਾਂ ਅੰਮ੍ਰਿਤਧਾਰੀ ਆ, ਗੁਰਸਿੱਖ ਨੇ, ਫਿਰ ਤੁਸੀਂ ਦੁਨੀਆਂ ਨੂੰ ਕਿਵੇਂ ਗੁੰਮਰਾਹ ਕਰਕੇ ਸਿੱਖਾਂ ਨਾਲ ਧਰਮ ਨਾਲ ਜੋੜ ਤੋੜ ਕੇ ਈਸਾਈ ਬਣਾ ਰਹੇ ਹੋ, ਇਹ ਕਿੱਧਰ ਦੀ ਗੱਲ ਆ? ਅਤੇ ਜ਼ਬਰਦਸਤੀ ਧਰਮ ਤਬਦੀਲ ਕਰਾਉਣਾ, ਇਹ ਭਾਰਤ ਦਾ ਜਿਹੜਾ ਸੰਵਿਧਾਨ ਆ ਉਹਦੇ ਵੀ ਉਲਟਾ, ਕਾਨੂੰਨ ਦੇ ਵੀ ਉਲਟਾ। ਇਸ ਕਰਕੇ ਮੇਰਾ ਚੈਲੰਜ ਆ, ਅਤੇ 11,000 ਅਮਰੀਕੀ ਡਾਲਰ ਦੁਬਾਰੇ ਫਿਰ ਮੈਂ ਵਾਰ ਵਾਰ ਇਹੀ ਕਹਿਣਾ, ਤੁਸੀਂ ਲਿਓ, ਇਨਾਮ ਦੇਵਾਂਗੇ ਅਸੀਂ ਜੇ ਤੁਸੀਂ ਇਹ ਸਾਬਤ ਕਰ ਦਿਓ ਉਹ ਪਰਿਵਾਰ ਗੁਰਸਿੱਖ ਆ। ਅਤੇ ਮੈਂ ਜਿਹੜੇ ਸਾਰੇ ਉੱਥੇ ਈਸਾਈਆਂ ਦੇ ਜਾਂਦੇ ਨੇ, ਇਹਨਾਂ ਕੋਲ ਨਰੂਲੇ ਹੋਣਾ ਕੋਲ ਜਾਂਦੇ ਨੇ, ਹੋਰ ਪਾਸਟਰ ਨੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਆ ਕੇ ਜਿਨ੍ਹਾਂ ਨੇ ਪਖੰਡਵਾਦ ਚਲਾਇਆ, ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਕਿਉਂ ਈਸਾਈ ਆਪਣਾ ਧਰਮ ਛੱਡ ਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਬਹੁਤ ਵੱਡਾ ਜਿਹੜਾ ਸਿੱਖ ਧਰਮ ਆ, ਜਿਹੜੇ ਸਾਰੇ ਧਰਮਾਂ ਦਾ ਸਤਿਕਾਰ ਕਰਦਾ, ਇੱਕ ਗੁਰੂ ਨੂੰ ਛੱਡ ਕੇ ਤੁਸੀਂ ਈਸਾਈ ਬਣ ਰਹੇ ਹੋ, ਕਿਹੜੇ ਰਾਹ ਜਾ ਰਹੇ ਹੋ? ਅਤੇ ਇਹ ਵੀ ਗੱਲ ਚੱਲਦੀ ਹੈ, ਜਿਹੜੇ ਗਰੀਬ ਸਿੱਖ ਨੇ ਉਹ ਧਰਮ ਜਿਹੜਾ ਹੈਗਾ ਤਬਲੀਲ ਕਰ ਰਹੇ ਨੇ। ਅਤੇ ਇਹਨਾਂ ਦੇ ਵੱਡੇ ਵੱਡੇ ਮਾਝੇ ਦੇ ਵਿੱਚ ਮੈਂ ਜਿਹੜੇ ਜ਼ਿਮੀਂਦਾਰ ਨੇ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ, ਤੁਸੀਂ ਇਹਨਾਂ ਨੂੰ ਕਿਉਂ ਦਿੰਦੇ ਹੋ ਜ਼ਮੀਨਾਂ? ਜਿਹੜੇ ਨਕਲੀ ਪਾਸਟਰ ਤੋੜੇ ਫਿਰਦੇ ਨੇ ਉੱਥੇ ਚਰਚਾ ਬਣਾ ਰਹੇ ਨੇ, ਜਿਹੜੇ ਜ਼ਿਮੀਂਦਾਰ ਵੀਰ ਨੇ ਉਹ ਵੀ ਰੋਕ, ਇਹ ਤਾਂ ਠੱਲ ਪਾਉਣ, ਵੱਡਾ ਯੋਗਦਾਨ ਤੁਹਾਡਾ ਵੀ ਹੈ ਧਰਮ ਤਬਦੀਲ ਕਰਾਉਣ ਦੇ ਵਿੱਚ, ਜੇ ਤੁਸੀਂ ਇਹਨਾਂ ਨੂੰ ਇਹਨਾਂ ਦੇ ਆਹ ਜਿਹੜੇ ਬਣਾਉਂਦੇ ਨੇ ਆਪਦੇ ਘਰ ਦਿਓ, ਉਹ ਨਾ ਜ਼ਮੀਨਾਂ ਇਹਨਾਂ ਨੂੰ ਦਿਓ, ਨਾ ਤੁਸੀਂ ਇਹਨਾਂ ਦੀ ਸਹਾਇਤਾ ਕਰੋ। ਇਸ ਕਰਕੇ ਸਾਡਾ ਦੁਬਾਰਾ ਫਿਰ ਦਲ ਪੰਥ ਅਰਬਾਂ ਖਰਬਾਂ ਸਿੰਘ ਸਾਹਿਬ ਬਾਬਾ ਚੜ੍ਹਤ ਸਿੰਘ ਜੀ ਜਿਹੜੇ ਮੌਜੂਦਾ ਮੁਖੀ ਨੇ, ਉਹਨਾਂ ਦੀ ਅਗਵਾਹੀ ਦੇ ਵਿੱਚ, ਉਹਨਾਂ ਦੇ ਛੱਤਰ ਸਾਇਆ ਦੇ ਵਿੱਚ ਇਹ ਸਾਰੀ ਗੱਲ ਤੁਹਾਡੇ ਨਾਲ ਕਰ ਰਿਹਾ ਵੀ ਚੈਲੰਜ ਕਬੂਲੋ, 11,000 ਅਮਰੀਕੀ ਡਾਲਰ ਜਿਹੜਾ ਲਓ, ਅਤੇ ਉਹ ਪਰਿਵਾਰ ਚੜ੍ਹਦੀ ਕਲਾ ਦੇ ਨਾਲ ਆ, ਅਤੇ ਉਹ ਸਿੱਖ ਨੇ, ਫਿਰ ਦੂਜਿਆਂ ਨੂੰ ਤੁਸੀਂ ਕੋਈ ਹੱਕ ਨਹੀਂ ਹੈਗਾ ਤੁਹਾਨੂੰ ਕਿ ਉਹਨਾਂ ਧਰਮ ਤਬਦੀਲ ਕਰਕੇ ਈਸਾਈ ਬਣਾਓ। ਇਹ ਬੇਨਤੀਆਂ ਪ੍ਰਵਾਨ ਕਰਿਓ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਪੂਰੀ ਦੁਨੀਆਂ ਦੇ ਵਿੱਚ ਪਹੁੰਚਾਓ। ਜਿਹੜਾ ਅਸੀਂ ਟੇਬਲ ਟੋਕ ਉੱਤੇ ਬੈਠਣ ਨੂੰ ਤਿਆਰ ਹਾਂ, ਅਸੀਂ ਕੋਈ ਲੜਨਾ ਨਹੀਂ ਤੁਹਾਡੇ ਨਾਲ, ਤੁਹਾਨੂੰ ਕੋਈ ਹੋਰ ਨਹੀਂ ਕਰਨਾ, ਬੈਠੋ ਟੇਬਲ 'ਤੇ, ਇਹ ਚੁਣੌਤੀ ਮਨਜ਼ੂਰ ਕਰੋ, ਇਹ ਚੁਣੌਤੀ ਨੂੰ ਕਬੂਲੋ। ਕਿਹੜਾ ਸਾਡੇ ਨਾਲ ਬੈਠਦਾ, ਆ ਕੇ ਬੈਠੋ, ਜਾਂ ਤੁਸੀਂ ਆਪਦਾ ਧਰਮ ਤਬਦੀਲ ਜਿਹੜਾ ਇਹ ਪਖੰਡਵਾਦ ਬੰਦ ਕਰ ਦਿਓ, ਨਹੀਂ ਸਾਡੀਆਂ ਗੱਲਾਂ ਦਾ ਜਿਹੜਾ ਜਵਾਬ ਆ ਉਹ ਦਿਓ, ਬੈਠੋ ਸਾਡੇ ਨਾਲ, ਅਸੀਂ ਤਿਆਰ ਬੈਠਣ ਬੈਠੇ ਹਾਂ ਤਿਆਰ ਪਤਿਆਰਾਂ ਗੱਲ ਕਰਨ ਨੂੰ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।